ਸਾਨੂੰ ਨਾ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਵਿਅਕਤੀ ਇੱਥੇ ਨਸ਼ੇ ਦਾ ਕੰਮ ਕਰਦਾ ਹੈ, ਜਿਹਦੇ ਰਿਗਾਰਡਿੰਗ ਸਾਡੇ ਵੱਲੋਂ ਇੱਕ ਪੁਲਿਸ ਪਾਰਟੀ ਤਿਆਰ ਕੀਤੀ ਗਈ। ਅਤੇ ਇਹ ਜਿਹੜਾ ਮੁੰਡਾ ਹੈਗਾ, ਇਹਦਾ ਨਾਮ ਹੈਗਾ ਬੰਦੇ ਦਾ ਡੈਨੀ, ਜੋ ਕਿ ਬਿਲਗਾਂ ਦਾ ਹੀ ਰਹਿਣ ਵਾਲਾ ਹੈ। ਇਹਦੇ ਫਾਦਰ ਸਾਹਿਬ ਦਾ ਨਾਮ ਰਾਮ ਲਵਾਇਆ ਹੈ, ਗੋਪੀ ਵੀ ਕਹਿੰਦੇ ਨੇ। ਇਹਦੇ ਕੋਲੋਂ ਇਹਨੂੰ ਐਪਰੀਹੈਂਡ ਕੀਤਾ ਗਿਆ, ਇਹਦੇ ਕੋਲੋਂ 8 ਕਿਲੋ ਪੌਪੀ ਹਸਕ ਰਿਕਵਰ ਹੋਈ ਹੈ। ਅਤੇ ਉਹਦੇ ਰਿਗਾਰਡਿੰਗ ਅਸੀਂ 129 ਨੰਬਰ FIR ਰਜਿਸਟਰ ਕੀਤੀ ਹੈ, ਅਤੇ ਹੁਣ ਇਹਦਾ ਪੁਲਿਸ ਰਿਮਾਂਡ ਲਿਆ ਗਿਆ। 3 ਦਿਨ ਦਾ ਇਹਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ, ਅਤੇ ਹੁਣ ਅਸੀਂ ਅੱਗੇ ਵੈਰੀਫਾਈ ਕਰ ਰਹੇ ਹਾਂ ਕਿ ਜੋ ਇਹ ਲਿਆਇਆ ਸੀਗਾ ਪੌਪੀ ਹਸਕ, ਇਹ ਅੱਗੇ ਕਿੱਥੋਂ ਦੀ ਇਹਨੇ ਲਿਆਇਆ ਸੀਗਾ, ਅਤੇ ਅੱਗੇ ਕਿੱਥੇ ਕਿੱਥੇ ਸਪਲਾਈ ਕਰਦਾ ਸੀ, ਜਾਂ ਇਸ ਤੋਂ ਪਹਿਲੇ ਵੀ ਇਹ ਕੋਈ ਕਰਦਾ ਹੋਏ ਕੰਮ, ਅਤੇ ਉਹ ਚੱਲ ਰਹੀ ਹੁਣ ਇਨਵੈਸਟੀਗੇਸ਼ਨ ਜੀ। ਉਹ ਅਸੀਂ ਹੁਣ ਰਿਮਾਂਡ ਲਿਆ ਹੈ 3 ਦਿਨ ਦਾ, ਅਸੀਂ ਹੁਣ ਉਹ ਸਾਰਾ ਇਹਦਾ ਬੈਕਗਰਾਉਂਡ ਖੰਗਾਲ ਰਹੇ ਹਾਂ ਕਿ ਕਿਉਂਕਿ ਬੇਸਿਕਲੀ ਤਾਂ ਲੇਬਰਰ ਹੈ, ਭੱਠੇ ਤੇ ਕੰਮ ਕਰਦਾ ਸੀਗਾ, ਪਰ ਅਸੀਂ ਹੁਣ ਬੈਕਗਰਾਉਂਡ ਲਿੰਕ ਦੇਖ ਰਹੇ ਹਾਂ ਇਹਦਾ ਕਿ ਜਦੋਂ ਇੰਨਾ ਇਹ ਲੈ ਕੇ ਆਇਆ 8 KG, ਅਤੇ ਪ੍ਰੀਮੀਲਰ ਤਾਂ ਇਹ ਕਹਿੰਦਾ ਕਿ ਮੈਂ ਸ਼੍ਰੀਨਗਰ ਸਾਈਡ ਤੋਂ ਵੀ ਤਾਂ ਲੈ ਕੇ ਆਇਆ, ਪਰ ਇਹਦੀ ਚੇਨ ਨੂੰ ਅਸੀਂ ਬ੍ਰੇਕ ਕਰਨ ਦੀ ਕੋਸ਼ਿਸ਼ ਕਰਾਂਗੇ, ਕਿੱਦਾਂ ਲੈ ਕੇ ਆਏ ਅਤੇ ਕਿੰਨੇ ਪੈਸੇ ਇਹਨੇ ਪੇ ਕੀਤੇ ਸੀ, ਕੀ ਗੱਲਬਾਤ ਸੀਗੀ।